ਪਿੰਡ 'ਚ ਬੈਟਰ ਆ ਲਾਈਫ ਕਿ ਸ਼ਹਿਰ ਦੀ ਬੈਟਰ ਆ ਲਾਈਫ? ਪਿੰਡ ਦੀ ਲਾਈਫ ਜ਼ਿਆਦਾ ਬੈਟਰ ਆ ਕਿਉਂਕਿ ਹੈਲਦੀ ਲਾਈਫ ਤਾਂ ਪਿੰਡ 'ਚ ਹੈ ਨਾ। ਪੈਸੇ ਪੁੱਛ ਲਓ ਕਿ ਕਿੰਨੇ ਕਿੰਨੇ, ਇੱਦਾਂ ਹੀ ਫਿਰ ਤੁਹਾਨੂੰ ਕਹੀ ਆ ਵੀ ਖਰਚਾ ਪਾਣੀ ਵੀਰੇ ਕਾਹਦਾ ਹੈ, ਕਿੰਨਾ ਕੁ ਹੋਏਗਾ ਆਪਣਾ? 85 ਕੁ ਸੌ ਰੁਪਏ ਬਸ ਹੀ। ਹਾਂ ਹਾਂ, ਥੋੜ੍ਹਾ ਘੱਟ ਕਰੋ ਹੋਰ, ਘੱਟ ਨੂੰ ਇਹ ਕਿਹੜਾ ਮੂੰਗਫਲੀਆਂ ਨੇ। ਮਾਨ ਤਾਨ ਮੈਂ ਤੁਹਾਡਾ ਇੰਨਾ ਕਰਤਾ ਕਿ ਜੋ $120 ਦਾ ਸੀਗਾ ਉਹ ਤੁਹਾਨੂੰ ਮੈਂ $100  'ਚ ਦੇ ਦਿਆ। ਪਹਿਲਾਂ ਤਾਂ ਤੁਸੀਂ $100 ਦਾ ਕਹੀ ਜਾਂਦੇ, ਹੁਣ $120 ਦੇ ਆ। ਮੈਂ MRP ਇਹ ਗਲਤ ਗੱਲਾਂ ਦੇਖ ਲਓ, ਹੁਣ ਬਲਕੁੱਟ ਬਹੁਤ ਕੀਤੀ ਆ ਸੀ ਨਾਲ ਦੀ, ਜਿਹੜਾ ਮਿਊਜ਼ਿਕ ਰੂਮ 'ਚ ਫਸ ਗਿਆ ਢਾਲ ਲਈਦਾ ਸੀ ਬਸ। ਬਾਈ ਨੂੰ ਪਹਿਲਾਂ ਮੈਂ ਕਹਿ ਦਿੰਦਾ ਵੀ ਇਹ ਕਾਲਪਨਿਕ ਗੱਲ ਆ, ਬਾਈ ਦੀ ਕਿਤੇ ਤੁਸੀਂ ਪਹਿਲੀ ਜਿਹੜੀ ਹੋਵੇ ਤੜਵਾ ਕੇ ਰੱਖ ਦਿਓ ਕਿਤੇ। ਹਾਂ, ਹੁਣ ਸਿਖਾਉਣ ਦੀ ਕੀ ਲੋੜ, ਹੁਣ ਤਾਂ ਆਪੇ ਸਿੱਖਿਆ ਹੋਇਆ ਜੋ ਸਿੰਗਲ ਹੀ ਆ ਉਹ। ਅਤੇ ਫਿਰ ਭਰਾ ਹੁਣ ਮੈਂ ਤਾਂ ਐਂ ਕਹੂੰਗਾ ਜੇ ਪੜ੍ਹੀ ਲਿਖੀ ਨਾ ਲਵੇ ਯਾਰ, ਪਿੰਡ ਵਾਲੀ ਜ਼ਿਆਦਾ ਬੈਟਰ ਆਪਸ਼ਨ ਆ ਬਾਈ। ਮਾਹੌਲ ਤਾਂ ਕਹਿੰਦਾ ਪਰ ਤੰਗ ਹੋਏਗਾ ਭਰਾ, ਮੇਰੇ ਵਿਆਹ ਹੋਏ ਨੂੰ 10 ਸਾਲ ਹੋ ਗਏ, ਮੇਰੇ ਕੋਲ ਬਹੁਤ ਵੱਡਾ ਐਕਸਪੀਰੀਅੰਸ ਆ। ਬੱਚੇ ਤੁਹਾਨੂੰ ਚਾਚੂ ਚਾਚੂ ਕਹਿੰਦੇ ਹੋਣਗੇ, ਉਹ ਪੁੱਛਦੇ ਨੇ ਚਾਚੀ ਕਿੱਥੇ ਆ? ਕਹਾਉਂਦੇ ਆ ਵੀਰੇ, ਇਹ ਤਾਇਆ ਕਹਾਉਂਦੇ ਆ ਸੀ। ਦੁਬਾਰਾ 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 ਕਹਿੰਦੇ ਜਿਹਨੂੰ ਸਰਦਾਰ ਪਸੰਦ ਨਹੀਂ ਸਾਨੂੰ ਅਨਾਰ ਪਸੰਦ ਨਹੀਂ। ਆਪਣਾ ਖਾਣਾ ਪੀਣਾ ਖੁੱਲ੍ਹਾ, ਖਾਂਦਾ ਬਾਈ ਵੀ ਖੁੱਲ੍ਹਾ, ਬਟ ਇਹਨੂੰ ਥੋੜ੍ਹਾ ਲੱਗਦਾ ਨਹੀਂ। ਸਕੂਲ ਬੰਕ ਮਾਰਦੇ ਰਹੇ, ਪਤਾ ਲੱਗ ਗਿਆ ਫਿਰ ਕੋਟੀ ਪੈਣੀ ਸੀਗੀ। ਬਾਬਾ ਜੀ ਤੋਂ ਕੋਈ ਇੱਕ ਮੰਗ ਮੰਗਣੀ ਹੋਵੇ ਤਾਂ ਪੂਰੀ ਹੋ ਜਾਏਗੀ ਛੇਤੀ, ਉਹ ਕੀ ਮੰਗ ਮੰਗੋਗੇ? ਬਾ ਵਿਆਹ ਹੋ ਜਾਏ ਬਾਈ। ਵਿਆਹ ਵਾਲਾ ਲੱਡੂ ਆ ਇਹ ਬਾਈ, ਮਤਲਬ ਇਹਨਾਂ ਨੇ ਹੁਣ ਖਾ ਲਿਆ, ਇਹ ਚਾਹੁੰਦੇ ਨੇ ਵੀ ਅਸੀਂ ਪਿੱਛੇ ਨਾ ਰਹੀਏ, ਅਸੀਂ ਵੀ ਖਾ ਕੇ ਦੇਖੀਏ ਵੀ ਕਿੰਨੀ ਕੁ ਮਿਟਾਸ ਆ ਉਹਦੀ। ਇਹ ਚਾਹੁੰਦੇ ਨੇ ਵੀ ਜਿਵੇਂ ਭਰਜਾਈਆਂ ਇਹਨਾਂ ਨੂੰ ਪੁੱਛਦੀਆਂ ਨੇ ਵੀ ਤੁਸੀਂ ਕਿੱਥੇ ਹੋ ਜੀ, ਆਏ ਨਹੀਂ ਘਰੇ, ਮੈਂ ਰੋਟੀ ਖਾਣ ਤੋਂ ਬੈਠੀ ਹਾਂ। ਇਹ ਕਹਿੰਦੇ ਨੇ ਵੀ ਅਸੀਂ ਵੀ ਫਸੀਏ ਉਹਨਾਂ ਚੀਜ਼ਾਂ ਦੇ ਵਿੱਚ। ਵੀਰੇ ਬਹੁਤ ਵਧੀਆ ਬਣਾਉਂਦੀ ਹੈ ਘਰ ਦੀ, ਮਿਰਚ ਘੱਟ ਹੋਏ ਵੱਧ ਹੋਏ ਆਪਾਂ ਠੀਕ ਹੀ ਕਹਿਣਾ ਉਹਨੂੰ, ਵੀ ਬਹੁਤ ਸਵਾਦ ਬਣੀ ਹੈ। ਠੀਕ ਹੈ ਨਾ, ਪੇੜ ਨਹੀਂ ਕੀਤੀ ਕਰਕੇ ਭੁੱਖੇ ਥੋੜ੍ਹਾ ਨਾ ਰਹਿਣਾ ਯਾਰ, ਇੱਕ ਦਿਨ ਦਾ ਕੰਮ ਥੋੜ੍ਹੀ ਆ ਭਰਾ। ਕੰਨ ਫੜ ਕੇ ਸੋਰੀ ਬੋਲਣੀ ਪੈਂਦੀ ਹੈ, ਇਹੀ ਗਿਫਟ ਹੈ ਵੀਰੇ। ਹਰਪ੍ਰੀਤ ਸਿੰਘ ਕੇ ਲੀਏ ਸੁੰਦਰ ਸੁਸ਼ੀਲ ਕੰਨਿਆ, ਇਹ ਵੀਰੇ ਹੋਰੀ ਲੱਭਦੇ ਪਏ ਨੇ, ਅਤੇ ਜੇ ਕੋਈ ਹੈਗੀ ਆ ਸੁਸ਼ੀਲ ਕ ਚਾਹਵਾਨ ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਆਹ ਦੇਖੋ ਮੁੰਡੇ ਦੀ ਸਮਾਈਲ ਦੇਖੋ, ਆਹ ਓਏ ਹੋਏ ਹੋਏ, ਚਾਹ ਦੇਖੋ ਮੁੰਡੇ ਨੂੰ ਵਿਆਹ। ਵੀਰੇ ਉਹ ਆਪਣੇ ਉਹ ਲੱਗਾ ਹੋਇਆ ਹੁਣ ਜਿਹੜੇ ਘੋੜੇ ਦੇ ਨਹੀਂ ਲਾ ਦਿੰਦੇ ਸਾਈਡਾਂ 'ਤੇ, ਵੀ ਇੱਧਰ ਇੱਧਰ ਨਹੀਂ ਦੇਖਣਾ, ਬਹੁ ਹੁਣ ਸਾਡੇ ਫਿਕਸ ਆ ਵੀਰੇ। ਪੰਜਾਬ ਦੇ ਜਿਹੜੇ ਦੋਸਤ ਤੁਹਾਡੇ ਵੀ ਜਾਂਦੇ ਹੋਣੇ ਕਈ ਬਾਹਰ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਉਹ ਵੀਰੇ ਰੋਂਦੇ ਨੇ, ਕਹਿੰਦੇ ਜਿਹੜੇ ਨਿਆਰੇ ਇੱਥੇ ਸੀ ਉੱਥੇ ਹੈ ਹੀ ਨਹੀਂ। ਖੁਸ਼ ਰਹੋ, ਪੰਜਾਬ ਨੂੰ ਖੁਸ਼ ਰੱਖੋ ਵੀਰੇ, ਜਵਾਨੀਆਂ ਮਾਣੋ। ਧੰਨਵਾਦ ਜੀ, ਥੈਂਕ ਯੂ ਵੀਰੇ, ਥੈਂਕ ਯੂ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਮੇਰਾ ਮਤਲਬ ਰਿਸ਼ਤਾ ਲੱਭਣ ਦੇ ਵਿੱਚ ਬਹੁਤ ਤੁਸੀਂ ਹੈਲਪ ਕਰ ਰਹੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਹਾਂਜੀ, ਕਿੱਦਾਂ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਪੰਜਾਬੀ ਡਾਂਗ ਦੇ ਸਪੈਸ਼ਲ ਪ੍ਰੋਗਰਾਮ ਆਊਟਰੂਟ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਹੋ ਅਤੇ ਲੋਕਾਂ ਦੇ ਨਾਲ ਜਦੋਂ ਤੁਹਾਡੀਆਂ ਗੱਲਾਂ ਬਾਤਾਂ ਕਰਾਉਂਦੇ ਹੋ ਉਹਨਾਂ ਨੂੰ ਵੀ ਬੜੀਆਂ ਪਿਆਰਾਂ ਭਰੀਆਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੜਾਉਂਦੇ ਹੋ। ਇਸੇ ਕਰਕੇ ਅੱਜ ਅਸੀਂ ਫੇਸ 2 ਪਹੁੰਚੇ ਹਾਂ ਦੁਬਾਰਾ ਤੋਂ ਆਪਦਾ ਨਵਾਂ ਸ਼ੋਅ ਲੈ ਕੇ, ਅਤੇ ਬਾਈ ਹੋਰੀ ਸਾਰੇ ਬੈਠੇ ਹੋਏ ਨੇ, ਸੋਹਣੀਆਂ ਸੋਹਣੀਆਂ ਪੱਗਾਂ, ਸੋਹਣੇ ਸੋਹਣੇ ਮੁੰਡੇ। ਦਿਖਾ ਦਿਓ ਇੱਕ ਵਾਰ ਕੈਮਰਾਮੈਨ ਜੀ, ਕਿੱਦਾਂ ਠੀਕ ਹੋ ਸਾਰੇ? ਵਧੀਆ ਵਧੀਆ, ਐਨ ਵਧੀਆ ਨਜ਼ਾਰੇ, ਐਨ ਨਜ਼ਾਰੇ, ਨਜ਼ਾਰੇ ਜ਼ਿੰਦਗੀ ਦੇ। ਹਾਂ ਵੀਰੇ, ਨਜ਼ਾਰੇ ਲੈਂਦੇ ਹਾਂ। ਨਾਮ ਹੈ ਤੁਹਾਡਾ ਸਰ? ਨੀਰਜ। ਅੱਛਾ ਨੀਰਜ, ਕਿੱਥੋਂ ਬਿਲੋਂਗ ਕਰਦੇ ਹੋ? ਮੇਰਾ ਪਿੰਡ ਹੈ ਜੀ ਪੁਰਮੰਡੀ। ਪੁਰਮੰਡੀ, ਅੱਛਾ ਪਿੰਡ ਤੇ ਸ਼ਹਿਰ ਦੇ ਵਿੱਚ ਕੀ ਫਰਕ ਲੱਗਦਾ ਫਿਰ ਤੁਹਾਨੂੰ? ਫਰਕ ਤਾਂ ਵੱਡਾ ਡਿਵੈਲਪਮੈਂਟ ਦਾ ਹੀ ਆ ਪਹਿਲਾਂ ਦਾ। ਸ਼ਹਿਰਾਂ ਦਾ ਮਾਹੌਲ ਥੋੜ੍ਹਾ ਜਿਹਾ ਸ਼ਾਂਤਮਈ, ਪਿੰਡਾਂ ਦਾ ਮਾਹੌਲ ਥੋੜ੍ਹਾ ਸ਼ਾਂਤਮਈ ਆ, ਸ਼ਹਿਰਾਂ 'ਤੇ ਥੋੜ੍ਹੀ ਹਲਚਲ ਜ਼ਿਆਦਾ, ਇਹ ਪਹਿਲਾਂ ਵੱਡਾ ਡਿਫਰੈਂਸ ਆ। ਡਿਵੈਲਪਮੈਂਟ ਤੇਜ਼ੀ ਨਾਲ ਸ਼ਹਿਰਾਂ 'ਚ ਆ, ਇਹ ਵੱਡਾ ਡਿਫਰੈਂਸ ਆ। ਅੱਛਾ, ਜੇ ਕਿਸੇ ਬੰਦੇ ਨੇ ਖਾਸੀਅਤ ਦੱਸਣੀ ਹੋਵੇ ਪਿੰਡ ਦੇ ਵਿੱਚ ਰਹਿਣ ਦੇ, ਤੈਨੂੰ ਇਹ ਖਾਸੀਅਤ ਹੋਏਗਾ ਅਤੇ ਇਹ ਤੈਨੂੰ ਜ਼ਿਆਦਾ ਵਧੀਆ ਉੱਥੇ ਕੰਮ, ਫਿਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਪਿੰਡ 'ਚ ਬੈਟਰ ਆ ਲਾਈਫ ਕਿ ਸ਼ਹਿਰ ਦੀ ਬੈਟਰ ਆ ਲਾਈਫ? ਪਿੰਡ ਦੀ ਲਾਈਫ ਜ਼ਿਆਦਾ ਬੈਟਰ ਆ ਕਿਉਂਕਿ ਹੈਲਦੀ ਲਾਈਫ ਤਾਂ ਪਿੰਡ 'ਚ ਹੈ ਨਾ, ਸਾਨੂੰ ਵੈਦਰ ਪਿੰਡ ਦਾ ਜ਼ਿਆਦਾ ਬੈਟਰ ਆ ਅਤੇ
ਫਿਜ਼ੀਕਲੀ ਜੇ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਪਿੰਡ ਰਹੋਗੇ, ਜ਼ਿਆਦਾ ਚੀਜ਼ਾਂ ਤੁਸੀਂ ਫੀਲ ਕਰ ਪਾਓਗੇ, ਨੇਚਰ ਦੇ ਨੇੜੇ ਰਹਿੰਦੇ ਹੋ ਪਿੰਡ 'ਚ ਰਹਿ ਕੇ। ਵੈਸੇ ਕੰਮ ਕੀ ਕਰਦੇ ਹੋ ਤੁਸੀਂ? ਮੇਰਾ ਮਾਰਕੀਟਿੰਗ ਫੀਲਡ ਹੈ ਜੀ। ਅੱਛਾ, ਮਾਰਕੀਟਿੰਗ ਮਾਰਕੀਟਿੰਗ ਵਾਲਿਆਂ ਦਾ ਵਧੀਆ, ਉਹਨਾਂ ਦਾ ਗੇੜੀ ਰੂਟ ਵੀ ਵਿੱਚੇ ਨਿਕਲ ਜਾਂਦਾ, ਮਾਰਕੀਟਿੰਗ ਵੀ ਕਰ ਲਈ। ਮਾਰਕੀਟਿੰਗ ਦੇ ਵਿੱਚ ਨਾ ਜਦੋਂ ਆਪਾਂ ਮਾਰਕੀਟਿੰਗ ਦੇ ਵਾਸਤੇ ਜਾਂਦੇ ਹੁੰਦੇ ਹਾਂ ਤਾਂ ਲੋਕਾਂ ਨੂੰ ਨਾ ਵਿਸ਼ਵਾਸ ਜਿਹਾ ਦਿਵਾਉਣਾ ਪੈਂਦਾ ਵੀ ਯਾਰ ਤੇਰਾ ਪ੍ਰੋਫਿਟ ਹੈਗਾ ਇਹਦੇ ਵਿੱਚ, ਬਾਕੀ ਆਪਾਂ ਨੂੰ ਪਤਾ ਹੀ ਹੁੰਦਾ। ਤੁਸੀਂ ਇੱਦਾਂ ਦੱਸੋ, ਜਿੱਦਾਂ ਹੁਣ ਅਬਾਈ ਨੇ ਇਹਨਾਂ ਦੇ ਨਾਲ ਮਾਰਕੀਟਿੰਗ ਕਰਨੀ ਆ, ਤੁਸੀਂ ਹੁਣ ਇਹਨਾਂ ਨੂੰ ਕੀ ਤੁਸੀਂ ਇਹੋ ਜਿਹਾ ਕਹੋਗੇ ਵੀ ਇਹ ਤੁਹਾਡੀ ਡੀਲ ਆ ਜਿਹੜੀ ਉਹ ਪੱਕੀ ਕਰ ਲੈਣਾ? ਮੈਟਰ ਇਹ ਆ ਕਿ ਡੀਲ ਕਿਸ ਚੀਜ਼ 'ਤੇ ਆ ਨਾ। ਤੁਸੀਂ ਕਾਹਦੀ ਮਾਰਕੀਟਿੰਗ ਕਾਹਦੀ ਕਰਦੇ ਹੋ? ਡਿਜੀਟਲ ਮਾਰਕੀਟਿੰਗ ਆ। ਤੁਸੀਂ ਇੱਦਾਂ ਕਰੋ, ਇਹਨਾਂ ਨੂੰ ਕੋਈ ਕੁਛ ਵੀ ਵੈਬਸਾਈਟ ਬਾਰੇ ਕਹਿ ਦਿਓ ਵੀ ਤੁਹਾਡੀ ਜਿਹੜਾ ਕੈਫੇ ਆ ਉਹਦਾ ਵੈਬਸਾਈਟ ਅਸੀਂ ਬਣਾ ਦਾਂਗੇ, ਅਤੇ ਤੁਸੀਂ ਜਵਾਬ ਦੇਣਾ ਵੀ ਨਾ ਘੱਟ ਕਰਾਉਣਾ, ਪੈਸੇ ਘੱਟ ਕਰਾਉਣੇ, ਪਰ ਇਹਨਾਂ ਨੇ ਤੁਹਾਨੂੰ ਚਲੋ ਇਹੋ ਜਿਹਾ ਸ਼ੁਰੂ ਕਰਾ। ਅਤੇ ਮੈਂ ਤਾਂ ਭਰਾ ਦੇਖ ਇੰਨਾ ਕੁ ਫਰਕ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਵੈਬਸਾਈਟ ਔਰ ਟੈਕਨੋਲੋਜੀ ਦੇ ਵਿੱਚ ਅੰਤਰ ਕੀ ਆ। ਠੀਕ ਹੈ ਜੀ। ਅੱਜ ਤੱਕ ਜੋ ਵੀ ਕੁਛ ਧਰਤੀ 'ਤੇ ਹੋਇਆ ਉਹ ਸਾਰਾ ਵੈਬਸਾਈਟ ਵੇਸ ਚੱਲਿਆ, ਪਰ ਹੁਣ ਡਿਵੈਲਪਮੈਂਟ ਇੰਨੀ ਕੁ ਹੋ ਚੁੱਕੀ ਹੈ ਕਿ ਨੈੱਟਵਰਕ 1G ਤੋਂ ਸ਼ੁਰੂ ਹੋ ਕੇ 5G 'ਤੇ ਆ ਗਿਆ, ਤਾਂ ਅਕੋਰਡਿੰਗ ਟੂ 5G ਨੈੱਟਵਰਕ ਸਾਨੂੰ ਟੈਕਨੋਲੋਜੀ ਸਮਝ ਲੈਣੀ ਚਾਹੀਦੀ ਆ। ਕਿ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ $100 ਇਨਵੈਸਟ ਕਰੋ ਟੈਕਨੋਲੋਜੀ ਦੇ ਅੰਦਰ, $100 ਤੁਹਾਡਾ 10 times ਜਾ ਸਕਦਾ ਜੇ ਤੁਸੀਂ ਟੈਕਨੋਲੋਜੀ ਨੂੰ ਸਮਝ ਕੇ ਇਨਵੈਸਟ ਕਰਦੇ ਹੋ। ਔਰ ਜੇ ਤੁਸੀਂ ਇਹਦੇ ਅਗੇਂਸਟ ਵੈਬਸਾਈਟ 'ਚ ਜਾਂਦੇ ਹੋ ਤਾਂ ਵੈਬਸਾਈਟ ਦੇ ਅੰਦਰ ਬਹੁਤ ਸਾਰੇ ਰਿਸਕ ਫੈਕਟਰ ਨੇ। ਔਰ ਅੱਜ ਦੀ ਟ੍ਰੈਂਡਿੰਗ ਟੈਕਨੋਲੋਜੀ ਦੀ ਅਗਰ ਮੈਂ ਗੱਲ ਕਰਾਂ, G20 ਸੰਮੇਲਨ ਵੀ ਹੋਇਆ, NFT ਮੈਟਾਵਰਸ ਔਰ ਬਲੋਕਚੇਨ ਦਾ ਜ਼ਿਕਰ ਉੱਥੇ ਹੋਇਆ ਅਤੇ ਕਾਫੀ ਚਰਚਾ ਇਹਦੇ 'ਤੇ ਹੋਈ, ਤਾਂ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਇਸ ਚੀਜ਼ ਬਾਰੇ ਆਪ ਵੀ ਸਟੱਡੀ ਕਰੋ, ਜੇ ਸਮਝ ਆਉਂਦਾ ਤਾਂ ਇਹਦੇ ਵਿੱਚ ਐਂਟਰ ਕਰੋ। ਪੈਸੇ ਪੁੱਛ ਲਓ ਕਿੰਨੇ, ਇੱਦਾਂ ਹੀ ਫਿਰ ਤੁਹਾਨੂੰ ਕਹੀ ਆ ਕੋਈ ਖਰਚਾ ਪਾਣੀ ਵੀਰੇ ਕਹਦਾ ਕਿੰਨਾ ਕੁ ਹੋਏਗਾ ਆਪਣਾ? 85,000 ਰੁਪਏ ਬਸ ਹੀ? ਹਾਂ ਹਾਂ, ਥੋੜ੍ਹਾ ਘੱਟ ਕਰੋ। ਹੋਰ ਘੱਟ ਨੂੰ ਇਹ ਕਿਹੜਾ ਮੂੰਗਫਲੀਆਂ ਨੇ, ਕਰੋ ਇਹ ਘੱਟ ਤਾਂ ਕਰਨਾ ਹੀ ਪੈਣਾ ਹੁਣ, ਤੁਸੀਂ ਵੀ ਤੁਹਾਨੂੰ ਪਤਾ ਤੁਹਾਡਾ ਹੀ ਫੀਲਡ ਦਾ ਕੰਮ ਹੈ, ਸਾਡਾ ਵੀ ਹੈ, ਸਾਨੂੰ ਵੀ ਕਰਨਾ ਪੈਂਦਾ। ਇਹ ਗੱਲ ਠੀਕ ਆ ਬਾਈ ਦੀ, ਦੋ ਲੈਣਾਂਗੇ। ਜੋ ਤੁਸੀਂ ਖਰੀਦ ਰਹੇ ਹੋ ਨਾ, ਉਹ ਇੱਕ ਟੈਕਨੋਲੋਜੀ NFT ਦਾ ਪਾਰਟ ਆ, ਉਹ ਫਿਕਸ ਆ, ਉਹ ਬਲੋਕਚੇਨ ਟ੍ਰਾਂਜੈਕਸ਼ਨ ਆ। ਉਹਦੇ ਅੰਦਰ $100 ਤੋਂ 98 ਨਹੀਂ ਹੋਣਾ, 99 ਨਹੀਂ ਹੋਣਾ, ਉਹ $100 ਹੀ ਰਹਿਣਾ। ਹਾਂ, ਉਹਦੇ ਤੁਹਾਨੂੰ ਬੈਨੀਫਿਟਸ ਨੇ ਨਾ, ਤੁਸੀਂ ਫਿਊਚਰ 'ਚ ਜਾਓ ਨਾ। NFT ਨੋਨ ਫੰਜੇਬਲ ਟੋਕਨ, ਮਾਨਤਾਨ ਤਾਂ ਕਰੋ ਭਾਈਆਂ ਵਾਲਾ ਕੰਮ। ਮਾਨਤਾਨ ਮੈਂ ਤੁਹਾਡਾ ਇੰਨਾ ਕਰਤਾ ਕਿ ਜੋ $120 ਦਾ ਸੀਗਾ ਉਹ ਤੁਹਾਨੂੰ ਮੈਂ $100  'ਚ ਦੇ ਰਿਹਾ। ਪਹਿਲਾਂ ਤਾਂ ਤੁਸੀਂ $100 ਦਾ ਕਹੀ ਆਉਂਦੇ, ਹੁਣ $120 ਦੇ ਆ। ਮੈਂ MRP ਇਹ ਗਲਤ ਗੱਲਾਂ ਦੇਖ ਲਓ ਹੁਣ, ਤੁਸੀਂ ਸੁਣੋ ਨਹੀਂ ਡੇਰ ਧਿਆਨ ਨਾਲ, ਇਹ ਤਾਂ ਵੀਰੇ ਫਿਲਡ ਦਾ ਕੰਮ ਹੁੰਦਾ $100। ਹਾਂ, ਤਾਂ ਫਿਰ ਮੈਂ ਤੁਹਾਨੂੰ 120 ਵਾਲੀ ਚੀਜ਼ $100 'ਚ ਦੇ ਰਿਹਾ, ਪਹਿਲਾਂ ਹੀ ਤੁਹਾਡਾ ਪ੍ਰੋਫਿਟ ਕਰਵਾ ਤਾ। ਪਹਿਲਾਂ 100 ਕਿਹਾ, 120 ਤਾਂ ਹੁਣ ਕਿਹਾ ਵੀਰੇ ਨਾ। ਇਹ ਤਾਂ ਦੇਖੋ ਕੈਮਰਾ ਦੇਖ ਕੇ ਬਦਲ ਗਏ। ਅੱਛਾ ਭਾਈ, ਯਾਰਾਂ ਦੋਸਤਾਂ ਦੇ ਨਾਲ ਚਿੱਲ ਕਿੰਨਾ ਕਰਦੇ ਹੋ ਫਿਰ ਜ਼ਿੰਦਗੀ ਦੇ ਵਿੱਚ? ਮੈਂ ਬਹੁਤ ਚਿੱਲ ਕਰਦਾ ਯਾਰ, ਮਤਲਬ ਸਵੇਰ ਤੋਂ ਸ਼ਾਮ ਤੱਕ ਹੱਸਦੇ ਲੰਘ ਜਾਂਦਾ ਮੇਰਾ, ਅਤੇ ਹਸਾਉਂਦਿਆਂ ਲੰਘ ਜਾਂਦਾ, ਮਜ਼ਾ ਲੈਂਦੇ ਹਾਂ ਪੂਰਾ ਯਾਰ ਜ਼ਿੰਦਗੀ ਦਾ। ਲਾਈਫ ਦੇ ਵਿੱਚ ਕੋਈ ਅਜਿਹੀ ਸ਼ਰਾਰਤ ਚੇਤੇ ਕਰਕੇ ਅੱਜ ਵੀ ਇਕੱਲੇ ਹੱਸਦੇ ਹੋਵੇ ਵੀ ਯਾਰ ਉਹ ਕੰਮ ਹੋਇਆ ਸੀ ਨਾ ਜਿਹੜਾ? ਕੰਬਲ ਕੁੱਟ ਬਹੁਤ ਕੀਤੀ ਆ ਸੀ ਨਾਲ ਦੀ, ਜਿਹੜਾ ਮਿਊਜ਼ਿਕ ਰੂਮ 'ਚ ਫਸ ਗਿਆ ਢਾਹ ਲਈਦਾ ਸੀ ਬਸ। ਯੂਨੀਵਰਸਿਟੀ ਕਾਲਜ ਤੋਂ ਹੀ। ਅੱਛਾ, ਯੂਨੀਵਰਸਿਟੀ ਤੋਂ ਕੀ ਸਟੱਡੀ ਕੀ ਕੀਤੀ ਆ? ਮੈਂ ਗ੍ਰੈਜੂਏਟ ਹਾਂ। ਗ੍ਰੈਜੂਏਟ ਕਾਹਦੇ 'ਚ? ਗ੍ਰੈਜੂਏਟ ਤਾਂ ਸਾਰੇ ਹੁੰਦੇ BA ਦੇ ਵਿੱਚ, BSc ਦੇ ਵਿੱਚ। ਆਹ ਮੁੰਡਿਆਂ ਦਾ ਵੈਸੇ ਹੁੰਦਾ ਗਾ, ਗ੍ਰੈਜੂਏਟ ਆ ਮੈਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੁੰਡਿਆਂ ਦਾ ਹੁੰਦਾ ਕੀ ਆ, ਉਹਨਾਂ ਨੂੰ ਪੁੱਛੋ ਨਾ ਵੀ ਹਾਂਜੀ ਬਾਈ ਕੀ ਸਟੱਡੀ ਕੀਤੀ ਆ? ਗ੍ਰੈਜੂਏਟ ਕੀਤਾ, BA ਕੀਤੀ ਆ। ਓਕੇ, ਕੁੜੀਆਂ ਨੂੰ ਪੁੱਛੋ ਵੀ ਸਬਜੈਕਟ ਕਿਹੜੇ ਨੇ, ਉਹ ਸਾਰੇ ਦੱਸਣਗੀਆਂ। ਮੁੰਡਿਆਂ ਨੂੰ ਕਿਹੜੇ ਸਬਜੈਕਟ? BA ਯਾਦ ਨਹੀਂ ਰਹਿੰਦੇ ਸਬਜੈਕਟ, ਉਦੋਂ ਮਾੜੇ ਔਖੇ ਯਾਦ ਰੱਖੇ ਯਾਰ। ਪੇਪਰ ਕਾਹਦਾ ਅੱਜ, ਪੁੱਛਣਾ ਪੈਂਦਾ ਨਾਲਦਿਆਂ ਨੂੰ ਵੀ ਅੱਜ ਪੇਪਰ ਕਾਹਦਾ ਬਾਈ। ਅਤੇ ਬਾਈ ਯਾਰ ਦੋਸਤ ਪੁਰਾਣਾ ਕਿਹੜਾ ਨਾਲ ਰਹਿ ਰਿਹਾ ਹੁਣ ਵੀ? ਇਹ ਬੈਠਾ ਜੀ। ਕਿੰਨੇ ਕੁ ਸਾਲ ਪੁਰਾਣੀ ਯਾਰੀ? ਕਾਫੀ ਪੁਰਾਣਾ, ਫਿਰ ਵੀ 2012-13 ਤੋਂ ਨਾਲ ਮੇਰੇ। ਦੱਸੋ ਫਿਰ, ਕੋਈ ਇਹ ਸ਼ਰਾਰਤੀ ਨੇ ਕਿ ਸਾਊ ਨੇ?
ਸੌ ਵੀ ਬਹੁਤ ਨੇ ਔਰ ਅਗਰ ਨੌਲੇਜ ਦੇ ਅਕੋਰਡਿੰਗ ਮੇਰੇ ਇਸ ਵੇਲੇ ਅਸੀਂ ਇਕੱਠੇ ਹੀ ਹਾਂ ਉਸ ਟਾਈਮ ਦੇ ਫੀਲਡ 'ਚ, ਇਹਨਾਂ ਨੇ ਬਹੁਤ ਕੁਛ ਸਿਖਾਇਆ, ਬਹੁਤ ਜਣਿਆਂ ਦੇ ਗੁਰੂ ਨੇ ਵੈਸੇ ਇਹ ਉਸਤਾਦ ਕਹਿ ਦਈਏ ਇਹਨੂੰ ਆਪਣੀ ਪੰਜਾਬੀ 'ਚ ਨਾ, ਤਾਂ ਔਰ ਸਿਖਾਉਣ ਦਾ ਇੱਕ ਜਿਹੜਾ ਲਹਿਜਾ ਹੈਗਾ ਹੋਰ ਇੱਕ ਪਰਸਨ ਨੂੰ ਨਹੀਂ ਹੁੰਦਾ, ਇਹਨਾਂ ਨੂੰ ਇੱਕ ਸਿਖਾਉਣ ਦਾ ਪਤਾ ਵੀ ਉਸ ਪਰਸਨ ਨੂੰ ਕਿਸ ਟਾਈਪ ਦਾ ਪਰਸਨ ਇਹਨੂੰ ਕਿਸ ਤਰੀਕੇ ਨਾਲ ਸਿਖਾਉਣਾ, ਉਸ ਬੰਦੇ ਨੂੰ ਕੁਛ ਟਾਈਮ ਬਾਅਦ ਜਾ ਕੇ ਪਤਾ ਲੱਗਦਾ ਵੀ ਵਾਕਈ ਯਾਰ ਉਹਨਾਂ ਨੇ ਮੈਨੂੰ ਉਸ ਟਾਈਮ ਇਸ ਤਰੀਕੇ ਨਾਲ ਸਿਖਾਇਆ ਔਰ ਜ਼ਿੰਦਗੀ 'ਚ ਕਦੇ ਉਸ ਬੰਦੇ ਨੇ ਮਾਰਨੀ, ਅੱਜ ਵੀ ਹਰ ਇੱਕ ਪਰਸਨ ਸਿਖਾਉਂਦੇ ਵਧੀਆ, ਸਿਖਾਉਂਦੇ ਬਹੁਤ ਵਧੀਆ। ਚਲੋ ਤੁਹਾਨੂੰ ਇੱਕ ਟਾਸਕ ਆ ਮੇਰੇ ਵੱਲੋਂ, ਆਹ ਬਾਈ ਨੇ ਇਹਨਾਂ ਦੀਆਂ ਦੋ ਨੇ ਸਹੇਲੀਆਂ, ਇੱਕ ਆ ਸ਼ਹਿਰ ਦੀ ਅਤੇ ਇੱਕ ਆ ਪਿੰਡ ਦੀ, ਇਹਨਾਂ ਦਾ ਜਿਹੜਾ ਜ਼ਿਆਦਾ ਪਿਆਰ ਆ ਉਹ ਹੈਗਾ ਸ਼ਹਿਰ ਵਾਲੀ ਦੇ ਨਾਲ, ਪਰ ਘਰ ਦੇ ਕਹਿੰਦੇ ਨੇ ਵੀ ਆਪਾਂ ਲੈ ਕੇ ਆਉਣੀ ਆ ਜਿਹੜੀ ਨੂੰਹ ਉਹ ਪਿੰਡ ਵਾਲੀ। ਹੁਣ ਇਹਨੂੰ ਕਿਵੇਂ ਜੇ ਸਿਖਾਓਗੇ ਵੀ ਯਾਰ ਤੂੰ ਸ਼ਹਿਰ ਵਾਲੀ ਦਾ ਖਹਿੜਾ ਛੱਡ, ਪਿੰਡ ਦੇ ਵਿੱਚ ਸਹੀ ਆ ਕੰਮ? ਨਹੀਂ ਬਾਈ ਨੂੰ ਪਹਿਲਾਂ ਮੈਂ ਕਹਿ ਦਿੰਦਾ ਵੀ ਇਹ ਕਾਲਪਨਿਕ ਗੱਲ ਆ ਬਾਈ ਦੀ, ਕਿਤੇ ਕਿਤੇ ਤੁਸੀਂ ਪਹਿਲੀ ਜਿਹੜੀ ਹੋਵੇ ਤੜਵਾ ਕੇ ਰੱਖ ਦਿਓ ਕਿਤੇ, ਹਾਂ ਇਹ ਤੁਸੀਂ ਕਹਿ ਦਿਓ ਹਾਂ ਵੀ ਇਹ ਕਾਲਪਨਿਕ ਗੱਲ ਆ ਵੀ ਤੁਸੀਂ ਉਹ ਮਤਲਬ ਕੁਛ ਪੁੱਛਣ ਬਾਰੇ ਤੁਸੀਂ ਇਹ ਗੱਲ ਕਹੀ ਆ। ਤੇ ਸਾਰੇ ਦਰਸ਼ਕੋ ਕੋ ਸੂਚਿਤ ਕੀਆ ਜਾਤਾ ਹੈ ਕਿ ਜੋ ਹਮ ਜੇ ਬਾਤੇ ਕਰਤੇ ਹਿੰਦੀ ਮੇ ਵੀ ਇਹ ਕਾਲਪਨਿਕ ਬਾਤੇ ਹੋਤੀ ਹੈ ਸਭੀ, ਵੀ ਇਹ ਕਲਪਨਾ ਹੀ ਹੁੰਦੀ ਹੈ ਸਾਡੀ, ਉਹ ਸਿੰਗਲ ਹੀ ਆ ਬਾਈ ਯਾਰ, ਮੈਂ ਜਮਾਂ ਹੀ ਫੱਟਾ ਜਮਾਂ ਹੀ ਬਾਈ ਸ਼ੁਰੂ ਤੋਂ ਸਿੰਗਲ ਆਪਾਂ ਸਿੰਗਲ ਆ ਨਾ, ਹਾਂਜੀ ਹਾਂਜੀ ਦੇਖ ਲਾ ਜੇ ਕੋਈ ਹੋਰ ਹੈਗੀ ਆ ਤਾਂ ਹੁਣ ਸਿਖਾਓ ਜੀ ਇਹਨਾਂ ਨੂੰ, ਉਹ ਹੁਣ ਸਿਖਾਉਣ ਦੀ ਕੀ ਲੋੜ, ਹੁਣ ਤਾਂ ਆਪੇ ਸਿੱਖਿਆ ਹੋਇਆ ਜੋ ਸਿੰਗਲ ਹੀ ਆ ਉਹ, ਅਤੇ ਫਿਰ ਭਰਾ ਹੁਣ ਮੈਂ ਤਾਂ ਐਂ ਕਹੂੰਗਾ ਜੇ ਪੜ੍ਹੀ ਲਿਖੀ ਨਾ ਲਵੇ ਯਾਰ ਪਿੰਡ ਵਾਲੀ ਜ਼ਿਆਦਾ ਬੈਟਰ ਆਪਸ਼ਨ ਆ ਬਾਈ, ਮਾਹੌਲ ਕਹਿੰਦਾ ਸ਼ਹਿਰ ਦੀ ਲੈ ਕੇ ਆਈਏ ਨਾ, ਮਾਹੌਲ ਤਾਂ ਕਹਿੰਦਾ ਪਰ ਤੰਗ ਹੋਏਗਾ ਭਰਾ, ਮੇਰੇ ਵਿਆਹ ਹੋਏ ਨੂੰ 10 ਸਾਲ ਹੋ ਗਏ, ਮੇਰੇ ਕੋਲ ਬਹੁਤ ਵੱਡਾ ਐਕਸਪੀਰੀਅੰਸ ਆ। ਜਿਹੜਾ ਜਿਹੜੀ ਆਹ ਗੱਲ ਆ ਜਿਹੜੀ ਆਹ ਗੱਲ ਆਈ ਨਾ ਦਿਲੋਂ ਆਈ ਆ, ਦਿਲੋਂ ਆਈ ਆ ਬਾਈ ਦੀ ਸ਼ਹਿਰ ਜਣਾ ਤਾਂ ਗਿਆ। ਹਾਂ ਪਾ ਵੀ ਠੀਕ ਨੇ? ਹਾਂ ਹਾਂ ਵਧੀਆ ਵੀਰੇ ਵਧੀਆ, ਉਹ ਤਾਂ ਪਤਾ ਨਹੀਂ ਸੀ ਨਾ ਯਾਰ ਭਲੇਖਾ ਲੱਗ ਗਿਆ ਯਾਰ ਉਹ ਤਾਂ ਬਾਈ। ਲਵ ਮੈਰਿਜ ਕੋ ਅਰੇਂਜ ਪੇ ਨਹੀਂ, ਲਵ ਅਰੇਂਜ ਆ, ਲਵ ਅਰੇਂਜ ਕਿੱਦਾਂ ਜੇ ਕਰਾਈ ਸੀ ਫਿਰ ਲਵ ਨੂੰ ਅਰੇਂਜ ਦੇ ਵਿੱਚ? ਰਹਿਣ ਦੇ ਤੂੰ ਤੋਂ ਛੇੜ ਨਾ ਦਰਦਾਂ ਨੂੰ, ਤਾਦੇ ਡੁੰਗਾ ਲੈ ਗਿਆ ਭਾਈ ਹੁਣ। ਚਲੋ ਚਲੋ ਹੁਣ ਨਾ ਨਾ, ਅੱਜ ਕੱਲ੍ਹ ਦੇ ਜਵਾਕ ਨੇ ਜੇ ਸਾਨੂੰ ਕਿਤੇ ਲੋੜ ਪੈ ਗਈ ਅਸੀਂ ਉਹ ਚੀਜ਼ਾਂ ਨੂੰ ਫਿਰ ਯੂਜ਼ ਕਰ ਸਕਦੇ ਆ ਨਾ, ਵੱਡਿਆਂ ਤੋਂ ਸਿੱਖਣਾ ਚਾਹੀਦਾ ਬਾਈ। ਮੇਰਾ ਇਹ ਫਨ ਆ, ਮੇਰੇ ਲਈ ਇਹ ਬਹੁਤ ਦੁੱਖ ਦਰਦ ਚੀਜ਼ ਆ। ਚਲੋ ਦੱਸੋ ਫਿਰ। ਨਹੀਂ ਨਹੀਂ ਇਹ ਤਾਂ ਭਾਬੀ ਨੂੰ ਕਿੰਨਾ ਪਿਆਰ ਕਰਦੇ ਹੋ? ਨਹੀਂ ਪਿਆਰ ਤਾਂ ਬਹੁਤ ਆ ਯਾਰ, ਬਹੁਤ ਜ਼ਿਆਦਾ। ਹਾਂ ਜੇ ਜੇ ਕਦੇ ਲੜਾਈ ਪੈ ਜਾਂਦੀ ਆ, ਜੇ ਲੜਾਈ ਹੋ ਜਾਂਦੀ ਆ ਭਾਬੀ ਇਹਦੇ ਨਾਲ ਫਿਰ ਮਨਾਉਂਦੇ ਕਿੱਦਾਂ? ਮੈਂ ਹੀ ਹਾਂ ਭਰਾ, ਸੋਰੀਆਂ ਕਹਿਣੀਆਂ ਪੈਂਦੀਆਂ ਨੇ, ਬਾਜੀ ਤਾਂ ਸਾਰੇ ਹੀ ਕਹਿੰਦੇ ਆ ਹੁਣ, ਕਈ ਦਰਵਾਜ਼ਾ ਬੰਦ ਕਰ ਲੈਂਦੇ ਨੇ, ਕਈ ਸਵੇਰੇ ਉੱਠਦੇ ਸਾਰ ਸੋਰੀ ਬੋਲੋ, ਰਾਤ ਨੂੰ ਸੌਣ ਲੱਗੇ ਸੋਰੀ ਬੋਲੋ, ਜੇ ਦੁਪਹਿਰੇ ਸਾਹਮਣੇ ਆ ਗਏ ਤਾਂ ਸੋਰੀ ਬੋਲੋ, ਬਸ ਸੋਰੀ ਸੋਰੀ ਬੋਲੋ ਵੀਰੇ। ਵੀਰੇ ਮੈਂ ਵੀ ਵਿਆਹ ਹਾਂ 10 ਸਾਲ ਹੋ ਗਏ, ਐਕਸਪੀਰੀਅੰਸ ਸਾਰੇ ਸਾਰੇ ਐਕਸਪਰਟ ਬੰਦੇ ਬੈਠੇ ਨੇ ਹੈ ਬਾਈ ਸਿੰਗਲ ਨੇ। ਇਹ ਵੀਰੇ ਵਿਆਹਾਂ ਵਿੱਚੋਂ ਛੜਾ ਏ ਬੰਦਾ ਸਾਡੇ 'ਚੋਂ, ਇਹਨੂੰ ਟੰਗਾਂਗੇ ਛੇਤੀ ਅਸੀਂ। ਇੱਕ ਯਾਰ ਹੁੰਦਾ ਨਹੀਂ ਵੈਸੇ ਇਹਨਾਂ ਦੇ ਬੱਚੇ ਤੁਹਾਨੂੰ ਚਾਚੂ ਚਾਚੂ ਕਹਿੰਦੇ ਹੋਣਗੇ, ਉਹ ਪੁੱਛਦੇ ਨੇ ਚਾਚੀ ਕਿੱਥੇ ਆ? ਕਹਾਣੇ ਆ ਵੀਰੇ, ਇਹ ਤਾਇਆ ਕਹਾਣੇ ਆ ਸੀ, ਇਹ ਛੜਾ ਤਾਇਆ ਛੜਾ ਰਹਿ ਗਿਆ ਨਾ ਹੁਣ, ਕੁਵਾਰੇ ਜੀ ਨਹੀਂ, ਕੁਵਾਰੇ ਵਾਲਾ ਜਿਹੜਾ ਪੋਸਟਰ ਉੱਤੇ ਚਲਾ ਗਿਆ ਹੁਣ, ਇਹ ਪੋਸਟ ਵੱਧ ਗਈ ਹੁਣ, ਛੜੇ ਜਾ ਗਈ ਪੋਸਟ, ਪਹਿਲਾਂ ਛੜਾ ਸੀ ਹੁਣ ਤਾਇਆ, ਛੜਾ ਹੈ ਤਾਇਆ, ਛੜਾ ਹੈ ਤਾਇਆ ਤੋਂ ਬਚ ਕੇ ਰਿਹਾ ਜਾਵੇ। ਲੱਭੋ ਯਾਰ ਕੁੜੀ ਲੱਭੋ ਯਾਰ, ਤੁਸੀਂ ਕਿਉਂ ਨਹੀਂ ਲੱਭਣ ਡੇ? ਮੈਂ ਜਾਰੀ ਹੈ ਕੰਮ ਆਪਣਾ, ਬਾਕੀ ਬਾਈ ਨੂੰ ਕਿਹਾ ਹੋਇਆ ਜੇ ਹੈਗੀ ਹੈ ਤਾਂ ਦੱਸ ਦੇ, ਤੇ ਆਪਾਂ ਕਰਾ ਦੇਵਾਂਗੇ। ਮੈਂ ਤੁਹਾਡੇ ਕੋਲ ਜੇ ਆਉਂਦਾ ਬਾਈ ਤੋਂ ਵੀ ਪੁੱਛਦੇ ਆਪਾਂ, ਇਹ ਆਹ ਤਾਰ ਜੀ ਅਸੀਂ ਸੈੱਟ ਕਰ ਲਈ ਬਾਈ, ਜੇ ਤੁਹਾਡੀ ਜਿੱਦਾਂ ਕਿਹਾ ਵੀ ਹੈ ਨਹੀਂ ਹਮਦਮ ਤੁਹਾਡੇ ਹੈਗੇ ਨਹੀਂ, ਹਮਦਮ ਨੂੰ ਜੇ ਤੁਸੀਂ ਪਾਉਣਾ ਤਾਂ ਉਹਦੇ ਵਿੱਚ ਕੀ ਖੂਬੀਆਂ ਤੁਸੀਂ ਚਾਹੋਗੇ ਵੀ ਯਾਰ ਇਹ ਖੂਬੀਆਂ ਹੋਣ ਮੇਰੇ ਹਮਦਮ ਦੇ ਵਿੱਚ? ਬਸ ਸਿੰਪਲ ਕੁੜੀ ਚਾਹੀਦੀ ਹੈ ਵੀਰੇ,
ਜਿਹੜੀ ਬਾਈ ਕੁੜੀ ਜਿਉਂਦੀ ਹੋਵੇ ਬਸ ਆਹ ਚੱਲਦੇ ਹੁਣ ਕਹਿੰਦਾ ਨਹੀਂ ਕੁੜੀ ਚਾਹੀਦੀ ਹੈ ਸਿੰਪਲ ਅਤੇ ਸੋਬਰ ਜਿਹੜੀ ਮਤਲਬ ਬੰਦੇ ਨੂੰ ਪਾਉਂਦਾ ਸਮਝ ਥਲ ਜ਼ਮੀਨ 'ਤੇ ਖੜ ਕੇ ਸਮਾਨ ਨੂੰ ਟਾਕੀ ਲਾਉਣ ਵਾਲੀ ਕੁੜੀ ਨਹੀਂ ਚਾਹੀਦੀ ਵੀ ਹਾਂ ਵੀ ਮਤਲਬ ਸਿੰਪਲ ਸੋਬਰ ਘਰ ਦਾ ਕੰਮ ਜਾਣਦੀ ਹੋਵੇ ਸਾਰਾ ਗੂੰਗੀ ਹੋਵੇ ਬੋਲੇ ਨਾ ਕੁਝ ਮਤਲਬ ਬੋਲੇ ਮਤਲਬ ਠੀਕ ਮਤਲਬ ਘਰਦਿਆਂ ਦੀ ਇੱਜ਼ਤ ਕਰੇ ਮਤਲਬ ਇਹੀ ਕੁਛ ਹੁੰਦਾ ਹੋਰ ਕੀ ਹੁੰਦਾ ਪੱਗ ਬਹੁਤ ਸੋਹਣੀ ਬੰਨੀ ਹੋਈ ਆ ਯਾਰ ਤੁਸੀਂ ਸਾਰਿਆਂ ਨੇ ਪੱਗਾਂ ਬਹੁਤ ਸੋਹਣੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਵੀਰੇ ਬਹੁਤ ਬਹੁਤ ਵੀ ਹੈ ਵੀ ਪਟਿਆਲੇ ਵਾਲੀ ਪੱਗਾਂ ਬਹੁਤ ਸੋਹਣੀਆਂ ਬਣਦੇ ਨੇ ਤੁਸੀਂ ਦੇਖ ਹੀ ਰਹੇ ਹੋ ਬਾਕੀ ਹੁਣ ਇੱਕ ਗੱਲ ਇਹ ਵੀ ਹੈ ਨਾ ਹੁਣ ਸਾਨੂੰ ਬਹੁਤ ਮਤਲਬ ਔਫਰਾਂ ਵੀ ਆਈਆਂ ਕਈ ਕਹਿੰਦੀਆਂ ਕੁੜੀਆਂ ਵੀ ਤੁਸੀਂ ਪੱਗ ਬੰਨਦੇ ਹੋ ਆਪਾਂ ਹੁਣ ਕੁੜੀਆਂ ਪਿੱਛੇ ਵੀਰੇ ਪੱਗਾਂ ਤਾਂ ਤੁਹਾਨੂੰ ਪਤਾ ਇਹ ਬਹੁਤ ਅਨਮੁੱਲੀਆਂ ਚੀਜ਼ਾਂ ਨੇ ਇਹ ਆਪਾਂ ਨਹੀਂ ਮਤਲਬ ਇਹ ਨਾ ਕਰ ਸਕਦੇ ਕੰਪਰੋਮਾਈਜ਼ ਤਾਂ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਮਤਲਬ ਕਹਿ ਦਿੰਦੇ ਸਤਿ ਸ਼੍ਰੀ ਅਕਾਲ ਜੀ ਦੂਰੋਂ ਮਤਲਬ ਆਪਾਂ ਇਹ ਚੀਜ਼ ਨਹੀਂ ਛੱਡ ਸਕਦੇ ਸਾਨੂੰ ਅਨਾਰ ਪਸੰਦ ਨਹੀਂ ਦੁਬਾਰਾ ਕਹਿੰਦੇ ਜਿਹਨੂੰ ਸਰਦਾਰ ਪਸੰਦ ਨਹੀਂ ਸਾਨੂੰ ਅਨਾਰ ਪਸੰਦ ਨਹੀਂ ਇੱਕ ਹੋਰ ਗੱਲ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਜੀ ਵੀਰੇ ਬੇਸਿਕਲੀ ਤਾਂ ਅਸੀਂ ਪਿੰਡ ਤੋਂ ਹੀ ਹਾਂ ਬਟ ਸ਼ਹਿਰ ਮੂਵ ਹੋ ਗਏ ਸੀਗੇ ਬਾਈ ਪਿੰਡਾਂ ਦੇ ਵਿੱਚ ਜਦੋਂ ਨਾ ਹੁੰਦਾ ਸੀਗਾ ਪਹਿਲਾਂ ਤਾਂ ਰਹੇ ਹੋਣੇ ਹੋ ਪਿੰਡ ਰਹੇ ਹੋਣੇ ਹੋ ਪਿੰਡ ਦੇ ਵਿੱਚ ਨਾ ਆਪਣੇ ਇੱਕ ਟੋਭੇ ਹੁੰਦੇ ਸੀਗੇ ਆਪਾਂ ਨਹਾਉਣ ਜਾਂਦੇ ਹੁੰਦੇ ਮੈਂ ਪਿੰਡ ਤੋਂ ਬਿਲੋਂਗ ਕਰਦਾ ਅਤੇ ਅਸੀਂ ਹੁਣ ਵੀ ਜਾਂਦੇ ਹੁੰਦੇ ਕਿਤੇ ਨਾ ਕਿਤੇ ਅਤੇ ਕੁੱਟ ਬੜੀ ਪੈਂਦੀ ਹੁੰਦੀ ਘਰਦਿਆਂ ਤੋਂ ਯਾਰ ਕਿੰਨੀ ਕੁ ਪਈ ਆ ਵੀ ਇਸ ਮਾਮਲੇ 'ਚ ਵੀਰੇ ਮੇਰਾ ਵਿਚਾਰ ਆ ਇਹਨੇ ਬਹੁਤ ਮੇਰੇ ਬਹੁਤ ਕੁੱਟ ਪਈ ਆ ਵੀਰੇ ਮੈਂ ਮਤਲਬ ਜਿਵੇਂ ਮੈਂ ਪੜ੍ਹਿਆ ਨਹੀਂ ਆਪਾਂ ਮਤਲਬ ਜ਼ਿਆਦਾ ਮਤਲਬ ਪੜ੍ਹਾਈ ਵੱਲੋਂ ਆਪਣਾ ਹੱਥ ਤੰਗ ਹੀ ਰਿਹਾ ਹਮੇਸ਼ਾ ਤਾਂ ਮਤਲਬ ਕਟਾਈ ਹੋਈ ਆ ਵੀਰੇ ਬਹੁਤ ਮਤਲਬ ਮੈਂ ਅੱਗੇ ਅੱਗੇ ਜਦੋਂ ਛੋਟਾ ਸੀ ਮੈਂ ਅੱਗੇ ਅੱਗੇ ਡੈਡੀ ਮੇਰਾ ਪਿੱਛੇ ਪਿੱਛੇ ਡੰਡਾ ਲੈ ਕੇ ਬਸ ਬੜਾ ਮਤਲਬ ਉਹ ਲਾਈਫ ਮੈਂ ਕਹਿੰਦਾ ਵੀ ਮੈਚ ਬੈਟਰ ਸੀਗੀ ਹੁਣ ਦੀ ਲਾਈਫ ਨਾਲੋਂ ਛੋਟੇ ਹੁੰਦਿਆਂ ਦੀ ਲਾਈਫ ਬਹੁਤ ਹੁੰਦੀ ਹੁਣ ਜ਼ਿੰਮੇਵਾਰੀਆਂ ਪੈ ਗਈਆਂ ਬਸ ਤੁਹਾਨੂੰ ਪਤਾ ਹੀ ਆ ਫਿਰ ਕਿਸੇ ਨਾ ਸ਼ੋਅ ਦੇ ਵਿੱਚ ਨਾ ਮੈਂ ਸੁਣਿਆ ਸੀਗਾ ਉਹ ਕਹਿੰਦੇ ਤੁਸੀਂ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਕੀ ਤੰਗ ਕਰਦੀ ਸੀ ਕਹਿੰਦੇ ਵੀਰੇ ਪੜ੍ਹਾਈ ਉਹੀ ਤੰਗ ਕਰਦੀ ਆ ਵੀਰੇ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਤੁਹਾਡੀ ਬਈ ਯਾਰੀ ਦੋਸਤੀ ਦੀ ਆ ਯਾਰ ਕੁਛ ਮਸਾਲਾ ਦਾ ਮੇਰਾ ਛੋਟਾ ਭਰਾ ਆ ਵੀਰੇ ਮੈਂ ਵੀਰੇ ਮੇਰਾ ਵੱਡਾ ਭਾਈ ਆ ਅਸੀਂ ਮਾਸੀ ਦੇ ਮੁੰਡੇ ਆ ਆਪਾਂ ਤੇ ਅੱਛਾ ਸੁੱਖ ਨਾਲ ਹੈ ਤਾਂ ਮੇਰੇ ਤੋਂ 7 ਸਾਲ ਛੋਟਾ ਫਿਰ ਲੱਗਦਾ ਮੇਰੇ ਤੋਂ 10 ਸਾਲ ਵੱਡਾ ਇਹ ਬਸ ਵੀਰੇ ਥੋੜੀਆਂ ਜੀਆਂ ਮਤਲਬ ਹੋ ਜਾਂਦਾ ਜਿਵੇਂ ਆਪਣਾ ਖਾਣਾ ਪੀਣਾ ਖੁੱਲਾ ਖਾਂਦਾ ਬਾਈ ਵੀ ਖੁੱਲਾ ਬਟ ਇਹਨੂੰ ਥੋੜਾ ਲੱਗਦਾ ਨਹੀਂ ਪਤਾ ਕੀ ਗੱਲ ਆ ਜਿਹੜਾ ਇਹਨਾਂ ਨੂੰ ਪਲੇਟ ਦੇ ਵਿੱਚ ਪਾ ਕੇ ਦਿੰਦੇ ਨਾ ਖੁੱਲਾ ਉਹ ਖਾ ਤੁਸੀਂ ਲੈਂਦੇ ਸੀਗੇ ਮਤਲਬ ਆਪਣਾ ਸ਼ੁਰੂ ਤੋਂ ਹੀ ਅਸੀਂ ਵਿਆਹੇਗੇ ਤਾਂ ਕਰਕੇ ਨਹੀਂ ਲੱਗਦਾ ਦਿਲ ਅੰਦਰੋਂ ਅੰਦਰੋਂ ਦਰਦ ਇੱਥੋਂ ਆਉਂਦੇ ਨੇ ਦਰਦ ਬਾਈ ਕਿੰਨਾ ਕੁ ਪਿਆਰ ਕਰਦੇ ਹੋ ਭਾਬੀ ਨੂੰ ਵੀਰੇ ਬਹੁਤ ਜ਼ਿਆਦਾ ਕਰਦੇ ਹਾਂ ਇਹ ਤੇ ਹੁਣ ਤੁਸੀਂ ਬਚਣ ਵਾਸਤੇ ਲੈਣ ਗਈ ਆਪਣੀ ਹੈ ਹੀ ਲਵ ਮੈਰਿਜ ਆ ਵੀਰੇ ਨਹੀਂ ਨਹੀਂ ਆਪਣੀ ਲਵ ਮੈਰਿਜ ਆ ਸੁੱਖ ਨਾਲ ਇੱਕ ਬੇਟੀ ਆ ਆਪਣੀ 8 ਸਾਲ ਦੀ ਬੇਟੀ ਆ ਬਹੁਤ ਬਹੁਤ ਜ਼ਿਆਦਾ ਪਿਆਰ ਹੈ ਵੀਰੇ ਹਾਂ ਹਾਂ ਬਹੁਤ ਪਿਆਰ ਹੈ ਸਾਰਿਆਂ ਨਾਲ ਹੀ ਪੂਰੀ ਫੈਮਿਲੀ ਨਾਲ ਪਿਆਰ ਹੈ ਕੁੱਟ ਤਾਂ ਪਈ ਨਹੀਂ ਨਹੀਂ ਵੀਰੇ ਪਈ ਹੈ ਨਹੀਂ ਨਹੀਂ ਕੁੱਟ ਤਾਂ ਪਈ ਹੈ ਯਾਰ ਹਾਂ ਹਾਂ ਕੀ ਕੀਤਾ ਸੀਗਾ ਫਿਰ ਬਾ ਪੜ੍ਹੇ ਨਹੀਂ ਸਕੂਲ ਬੰਕ ਮਾਰਦੇ ਰਹੇ ਪਤਾ ਲੱਗ ਗਿਆ ਫਿਰ ਕੋਟੀ ਪੈਣੀ ਸੀਗੀ ਇਸ ਤਰ੍ਹਾਂ ਕੁੱਟ ਪਈ ਹੈ ਸਾਨੂੰ ਯਾਰ ਬਈ ਤੁਹਾਨੂੰ ਪੁੱਛਦਾ ਜੇ ਕੋਈ ਤੁਸੀਂ ਕਿਸੇ ਬਾਬਾ ਜੀ ਤੋਂ ਕੋਈ ਇੱਕ ਮੰਗ ਮੰਗਣੀ ਹੋਵੇ ਤਾਂ ਪੂਰੀ ਹੋ ਜਾਏਗੀ ਛੇਤੀ ਉਹ ਕੀ ਮੰਗ ਮੰਗੋਗੇ ਬਾ ਵਿਆਹ ਹੋ ਜਾਏ ਬਾਈ ਦਿਲ ਦੀ ਇੱਛਾ ਆਪਣੀ ਤਾਂ ਮੇਰੇ ਮੰਗੇ ਆ ਆਪਣੀ ਤਾਂ ਮੰਗ ਇਸ ਗੱਲ ਦਾ ਜਵਾਬ ਹੁਣੇ ਹੁਣੇ ਮਿਲੇਗਾ ਤੁਹਾਨੂੰ ਦੱਸੋ ਹਾਂ ਫਿਰ ਇਹਨੂੰ ਨਹੀਂ ਵੀਰੇ ਕਰਾਉਣਾ ਚਾਹੀਦਾ ਵਿਆਹ ਤੈਨੂੰ ਇਹ ਜ਼ਰੂਰੀ ਚੀਜ਼ਾਂ ਨੇ ਵੀਰੇ ਰਿਸਪੋਂਸੀਬਿਲਟੀ ਤਾਂ ਪਤਾ ਲੱਗੇਗਾ ਵੀਰੇ ਵਿਆਹ ਜ਼ਰੂਰ ਕਰਾਓ ਤੁਸੀਂ ਹਾਂ ਅਸੀਂ ਵੀ ਕਰਾਇਆ ਹੋਇਆ ਵੀਰੇ ਜਿਹੜਾ ਵਿਆਹ ਵਾਲਾ ਲੱਡੂ ਆ ਇਹ ਬਾਈ ਮਤਲਬ ਇਹਨਾਂ ਨੇ ਹੁਣ ਖਾ ਲਿਆ ਇਹ ਚਾਹੁੰਦੇ ਨੇ ਵੀ ਅਸੀਂ ਪਿੱਛੇ ਨਾ ਰਹੀਏ ਅਸੀਂ ਵੀ ਖਾ ਕੇ ਦੇਖੀਏ ਵੀ ਕਿੰਨੀ ਕੁ ਮਿਠਾਸ ਆ ਉਹਦੇ ਵਿੱਚ ਅਸਲੀ ਗੱਲ ਇਹ ਹੈ ਨਾ
ਸਾਡੇ ਤੋਂ ਤੁਹਾਡੀ ਖੁਸ਼ੀ ਜਰੀ ਨਹੀਂ ਜਾ ਰਹੀ। ਮੁੱਦਾ ਤਾਂ ਮੈਂ ਤਾਂ ਕਹਿੰਦਾ ਅੱਜ ਹੋ ਜਾਏ ਯਾਰ ਇਹਦਾ, ਇਹ ਵੀ ਹੋ ਜਾਏ ਬੱਚਿਆਂ ਵਾਲਾ। ਇਹ ਆ ਵੀ ਇਹ ਚਾਹੁੰਦੇ ਨੇ ਵੀ ਜਿਵੇਂ ਭਰਜਾਈਆਂ ਇਹਨਾਂ ਨੂੰ ਪੁੱਛਦੀਆਂ ਨੇ ਵੀ ਤੁਸੀਂ ਕਿੱਥੇ ਹੋ ਜੀ, ਆਏ ਨਹੀਂ ਘਰੇ, ਮੈਂ ਰੋਟੀ ਖਾਣ ਤੋਂ ਬੈਠੀ ਹਾਂ। ਇਹ ਕਹਿੰਦੇ ਨੇ ਵੀ ਅਸੀਂ ਵੀ ਫਸੀਏ ਉਹਨਾਂ ਚੀਜ਼ਾਂ ਦੇ ਵਿੱਚ। ਅੱਛਾ ਬਈ, ਯਾਰਾਂ ਦੋਸਤਾਂ ਦੇ ਨਾਲ ਜਦੋਂ ਆਊਟਿੰਗ 'ਤੇ ਹੁੰਦੇ ਹੋ ਤੁਸੀਂ, ਤੁਹਾਨੂੰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ, ਫੱਕਰ ਬੰਦੇ ਨਜ਼ਾਰੇ ਜ਼ਿੰਦਗੀ ਦੇ ਨਜ਼ਾਰੇ ਹੀ। ਤੁਸੀਂ ਦੱਸੋ ਹੁਣ ਵੀਰੇ ਪੂਰੇ ਚੱਲੇ ਆਪਾਂ ਨੂੰ, ਅਸੀਂ ਡੇਲੀ ਵੀਰੇ ਆਊਟਿੰਗ 'ਤੇ ਹੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕੋਈ ਪੁੱਛ ਗਿੱਛ ਨਹੀਂ ਹੈਗੀ, ਘਰ ਦੇ ਵਧੀਆ ਨੇ, ਠੀਕ ਹੈ। ਸਭ ਤੋਂ ਵੱਡੀ ਗੱਲ ਹੈ ਵੀਰੇ ਭਰੋਸਾ ਕਰਦੇ ਨੇ, ਸ਼ੱਕ ਨਹੀਂ ਕਰਦੇ, ਠੀਕ ਹੈ, ਉਹ ਆਪਾਂ ਤੋੜਨਾ ਨਹੀਂ। ਹਾਂ ਬਈ, ਕਦੇ ਦਾਲ ਦੇ ਵਿੱਚ ਲੂਣ ਘੱਟ, ਮਿਰਚਾਂ ਘੱਟ, ਸਬਜ਼ੀ ਫਿੱਕੀ, ਦੱਸੋ ਹੁਣ ਵੀਰੇ। ਬਹੁਤ ਵਧੀਆ ਬਣਾਉਂਦੀ ਹੈ ਘਰ ਦੀ, ਮਿਰਚ ਘੱਟ ਹੋਏ ਵੱਧ ਹੋਏ ਆਪਾਂ ਠੀਕ ਹੀ ਕਹਿਣਾ ਉਹਨੂੰ ਵੀ, ਬਹੁਤ ਸਵਾਦ ਬਣੀ ਹੈ, ਠੀਕ ਹੈ ਨਾ। ਅਸੀਂ ਕੋਈ ਉਹਦੇ 'ਚ ਕਮੀ ਨਹੀਂ ਕੱਢਦੇ ਹੈਗੇ, ਕੰਪਲੇਂਟ ਨਹੀਂ ਕੀਤੀ ਕਰਕੇ ਭੁੱਖੇ ਥੋੜ੍ਹਾ ਨਾ ਰਹਿਣਾ ਯਾਰ, ਇੱਕ ਦਿਨ ਦਾ ਕੰਮ ਥੋੜ੍ਹੀ ਆ ਭਰਾ। ਹੱਥ ਜੋੜ ਕੇ ਕਹਿੰਦੇ ਹਾਂ ਬਹੁਤ ਸਵਾਦ ਆ ਯਾਰ, ਤੂੰ ਵੀ ਖਾ ਜਾ। ਹੁਣ ਇਹ ਬੜੇ ਚੁੱਪ ਚਾਪ ਬੈਠੇ ਹੋਏ ਨੇ ਯਾਰ, ਮੈਂ ਤਾਂ ਕੁਛ ਵੀ ਨਹੀਂ ਕਹਿਣਾ ਚਾਹੁੰਦਾ ਜੀ। ਜਨਰੇਸ਼ਨ ਇਕੱਠੀ ਹੋਈ ਹੈ, ਮੇਰੇ ਵਿਆਹ ਨੂੰ ਹੋ ਗਏ 15-16 ਸਾਲ ਹੋ ਗਏ ਜੀ। ਵਧੀਆ ਨੇ ਬਾਬੀ? ਹਾਂਜੀ ਹਾਂਜੀ ਵਧੀਆ ਬਿਲਕੁਲ। ਹਾਂ ਹਾਂ ਕਰਦੇ ਨੇ, ਲੜਾਈ ਤਾਂ ਹੁੰਦੀ ਰਹਿੰਦੀ ਜੀ। ਹਾਂ ਉਤਰਾਅ ਚੜਾਅ ਤਾਂ ਹੈ, ਹੁੰਦੀ ਨਹੀਂ ਤੁਹਾਨੂੰ ਪਤਾ ਹੀ ਹੈ। ਬਸ ਜਿੱਦਾਂ ਹੁਣ ਸਾਰੇ ਮਨਾਉਂਦੇ ਨੇ ਜੀ, ਉੱਦਾਂ ਮਨਾ ਲਈ ਦੇ ਜੀ। ਕੀ ਗਿਫਟ ਦਿੰਦੇ ਹੁੰਦੇ ਭਾਬੀ ਨੂੰ ਫਿਰ ਅਜਿਹਾ ਵੀ ਉਹ ਛੇਤੀ ਮੰਨ ਜਾਂਦੇ ਨੇ? ਗਿਫਟ ਤਾਂ ਮੈਂ ਅੱਜ ਤੱਕ ਦੁਬਾਰਾ ਕੰਨ ਫੜ ਕੇ ਸੋਰੀ ਬੋਲਣੀ ਪੈਂਦੀ ਹੈ, ਇਹੀ ਗਿਫਟ ਹੈ ਵੀਰੇ। ਯਾਰ ਬਾਲਾ ਮਾੜਾ ਹਾਲ ਆ, ਵਿਆਹ ਆਉਣ ਦਾ ਆਪਾਂ ਡਰ ਰਹਿਣ ਦੀ ਹੈ ਮੈਨੂੰ, ਰੋਟੀਆਂ ਪਕਾਉਣੀਆਂ ਪੈਂਦੀਆਂ ਵੀਰੇ। ਫਿਰ ਹੁੰਦਾ ਵੀ ਹਾਂ ਵੀ ਯਾਰ ਹੁਣ ਚਾਹੀਦੀ ਆ ਕੋਈ, ਦਿਲ ਕਰਦਾ ਵੀ ਅੱਗ 'ਚ ਕੁੱਦ ਜੀ ਹੁਣ ਤਾਂ, ਵੀ ਹੁਣ ਰੋਟੀ ਲਾਉਣੀ ਪੈਂਦੀ ਨਾ ਅੱਗ 'ਚ ਕੁੱਦ ਜੀ ਹੁਣ। ਲੱਡੂ ਛੇਤੀ ਫੜਾ ਦਿਓ ਮੁੰਡੇ ਨੂੰ, ਮੇਰੀ ਤੁਹਾਨੂੰ ਮਿੰਨਤ ਵਾਲੀ ਗੱਲ ਹੀ ਆ। ਤੁਸੀਂ ਵੀ ਲੱਭੋ, ਅਸੀਂ ਤਾਂ ਲੱਭ ਹੀ ਰਹੇ ਹਾਂ, ਤੁਸੀਂ ਲੱਭ ਕੇ ਦਿਓ ਕੁੜੀ ਹੁਣ ਕੋਈ। ਵਰਕ ਇਨ ਪ੍ਰੋਗਰੈਸ ਆ ਵੀਰੇ, ਘਰਦਿਆਂ ਨੇ ਡੈਡ ਲਾਈਨ ਦਿੱਤੀ ਵੀ ਆ ਵੀ ਇਸ ਸਾਲ ਤੇ ਦਾ ਵੀ ਟੰਗ ਦੇਣਾ, ਕਰ ਦੇਣਾ ਇਹਨੂੰ ਟੰਗ ਦੇਣਾ ਬਸ। ਐਡ ਕਰ ਦੇਣਾ, ਤੁਹਾਡਾ ਨਾਂ ਦੱਸੋ। ਮੇਰਾ ਨਾਮ ਆ ਵੀਰੇ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਕੇ ਲੀਏ ਸੁੰਦਰ ਸੁਸ਼ੀਲ ਕੰਨਿਆ, ਇਹ ਵੀਰੇ ਹੋਰੀ ਲੱਭਦੇ ਪਏ ਨੇ, ਅਤੇ ਜੇ ਕੋਈ ਹੈਗੀ ਆ ਸੁਸ਼ੀਲ ਚਾਹਵਾਨ ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਆਹ ਦੇਖੋ ਮੁੰਡੇ ਦੀ ਸਮਾਈਲ ਦੇਖੋ, ਆਹ ਓਏ ਹੋਏ ਹੋਏ, ਚਾਹ ਦੇਖੋ ਮੁੰਡੇ ਨੂੰ ਵਿਆਹ। ਇਹ ਇਹ ਮਤਲਬ ਲਾਲੀ ਆ ਗਈ ਜੀ, ਪੂਰੀ ਗੱਲ ਕਹਿੰਦੇ ਸਰ। ਭਰਾ ਮੇਰੇ ਹਾਸੀ ਨੂੰ ਰੋਕ ਲੈ ਜੇ ਰੋਕ ਸਕਦਾ, ਤੇਰੇ ਕੋਲ ਲਾਸਟ ਬਸ ਕੁਛ ਮੌਕਾ ਹੀ ਬਚਿਆ, ਕੱਢ ਲੈ ਜੇ ਟਾਈਮ ਕੱਢ ਸਕਦਾ। 4 ਮਹੀਨੇ ਨੇ ਫਿਲਹਾਲ ਤਾਂ ਵੀਰੇ ਕਦੇ ਪਈ ਨਹੀਂ ਬਾਬੇ ਦੀ ਕਿਰਪਾ ਨਾਲ, ਪਰ ਯਾਰ ਆਪਣੇ ਇੰਨੇ ਕੁ ਨੇ ਜਿਹਨੂੰ ਫੋਨ ਕਰਾਂਗੇ ਅੱਧੀ ਰਾਤ ਨੂੰ ਵੀ ਆ ਜਾਣਗੇ। ਹਾਂਜੀ ਹਾਂਜੀ ਬਈ, ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਕੁ ਰਾਹ ਨਿਕਲੇ? ਵੀਰੇ ਰਾਹ ਤਾਂ ਬੜੇ ਨਿਕਲੇ ਸੀ, ਪਰ ਅਸੀਂ ਇੱਕੋ ਰਾਹ 'ਤੇ ਪੈ ਗਏ ਵੀਰੇ, ਜਿਹੜੇ ਸਹੁਰਿਆਂ ਨੂੰ ਜਾਂਦੇ ਸੀਗੇ ਸਾਡੇ, ਬਸ ਉੱਥੇ ਆਪਾਂ ਰਾਹ ਖਤਮ ਕਰਤੇ ਅੱਗੇ ਜਾ ਕੇ। ਹਾਂਜੀ ਹਾਂ ਵੀਰੇ, ਉਹ ਆਪਣੇ ਉਹ ਲੱਗਾ ਹੋਇਆ ਹੁਣ ਜਿਹੜੇ ਘੋੜੇ ਦੇ ਨਹੀਂ ਲਾ ਦਿੰਦੇ ਸਾਈਡਾਂ 'ਤੇ, ਵੀ ਇੱਧਰ ਇੱਧਰ ਨਹੀਂ ਦੇਖਣਾ, ਬਸ ਹੁਣ ਸਾਡੇ ਫਿਕਸ ਆ ਵੀਰੇ ਉਹ। ਮਤਲਬ ਤੁਸੀਂ ਪੜ੍ਹਦੇ ਹੋ ਹੁਣ? ਨਾ ਵੀਰੇ, ਆਪਣਾ ਕੈਫੇ ਆ ਜੀ। ਹਾਂਜੀ ਹਾਂਜੀ, ਚਾਹ ਤੁਹਾਡੇ ਵੱਲੋਂ ਫਿਰ ਪੀ ਲਓ ਵੀਰੇ, ਚਾਹ ਪੀਣ ਲਓ ਜੀ। ਸਪੌਂਸਰ ਆਪਾਂ ਆਏ ਮੰਗ ਮੁੰਗ ਕੇ ਪੀ ਲਈ ਦੀ ਹੁੰਦੀ ਆ, ਆਪਾਂ ਆਏ ਤਾਸੀ ਕੀ ਤਾਸੀ ਤੇ ਆਉਂਦੇ ਹੁੰਦੇ। ਕੋਈ ਗੱਲ ਤੁਹਾਨੂੰ ਡਿਸਕਾਊਂਟ ਕਰਵਾ ਦਈਏ? ਕਰਵਾ ਦਿਓ ਜੀ ਡਿਸਕਾਊਂਟ, ਬਾਈ ਦਾ ਡਿਸਕਾਊਂਟ, ਬਾਈ ਦੀ ਰੋਜ਼ ਇਹਦੇ ਕੋਈ ਬਾਈ ਕੋਲੀ ਉੰਨੇ ਹੋਰੇ। ਮੈਂ ਕਿਹਾ ਬਾਈ ਦੀ ਐਡ ਕਰੋ ਨਾਲ, ਟੀਸ ਟੀਮ ਕੈਫੇ ਬਹੁਤ ਵਧੀਆ ਕੌਫੀ ਬਣਾਉਂਦਾ ਬਾਈ, ਕੌਫੀ ਜ਼ਰੂਰ ਪੀ ਕੇ ਜਾਣੀ ਹੈ ਜੀ ਜਦੋਂ ਵੀ ਅਰਬਨ ਸਟੇਟ ਆਓ।
ਤੇ ਆਹ ਦੇਖੋ ਸਾਹਮਣੇ ਬੋਰਡ ਲੱਗਾ ਟੀ ਸਟੀਮ ਕੈਫੇ, ਤੁਸੀਂ ਕੌਫੀ ਜ਼ਰੂਰ ਪੀ ਕੇ ਜਾਇਓ, ਗੁੱਡ ਇਲਾਚੀ ਚਾਹ ਬਹੁਤ ਵਧੀਆ ਚਾਹ, ਜਿਹੜਾ ਸਾਡੇ ਚੈਨਲ ਦੇ ਵੱਲੋਂ ਆਏਗਾ 20% ਡਿਸਕਾਊਂਟ, ਬਿਲਕੁਲ ਵੀਰੇ 20% ਡਿਸਕਾਊਂਟ, 25 ਦੇ ਦਾਂਗੇ ਵੀਰੇ, ਲੋ ਯਾਰ 5% ਹੋਰ ਚੱਕੋ, ਉਹ ਕਵਾੜੀ ਨਹੀਂ ਕਹਿੰਦੇ 5 ਰੁਪਏ 10 ਰੁਪਏ, ਆਪਣਾ ਬਾਣੀ ਵਾਲਾ ਕੰਮ ਤਾਂ ਹੈ ਨਹੀਂ ਵੀਰੇ, ਜੱਟ ਵਾਲਾ ਕੰਮ ਹੈ ਜੀ। ਅੱਛਾ ਬਾਈ, ਪਿੰਡ ਦੀ ਲਾਈਫ ਦੇ ਬਾਰੇ ਥੋੜਾ ਜਿਹਾ ਦੱਸੋ। ਆਪਾਂ ਵੀਰੇ ਐਸੇ ਬਚਪਨ ਪਿੰਡ 'ਚ ਨਿਕਲਿਆ, ਹੁਣ ਆਪਾਂ ਸ਼ਹਿਰ 'ਚ ਰਹਿਣਾ ਸਮਾਣੇ। ਅੱਛਾ, ਜ਼ਮੀਨ ਦੇ ਨਾਲ ਕਿੰਨਾ ਕੁ ਪਿਆਰ ਆ? ਜ਼ਮੀਨ ਨਾਲ ਬਹੁਤ ਪਿਆਰ ਆ ਜੀ, ਮਿੱਟੀ 'ਚ ਪਲਿਆ, ਮਿੱਟੀ 'ਚ ਖੇਡਿਆ ਜੀ, ਮਿੱਟੀ 'ਚ ਮਰ ਜਾਣਾ ਜੀ। ਪੰਜਾਬ ਦੇ ਬਾਰੇ ਤੁਸੀਂ ਦੱਸੋ ਹੁਣ ਸਾਰੇ, ਮੈਂ ਇੰਟਲੈਕਚੁਅਲ ਜੀ ਗੱਲ, ਇੰਟਲੈਕਚੁਅਲ ਬੈਠਾ ਤੁਹਾਡੇ ਸਾਹਮਣੇ, ਇੰਟਲੈਕਚੁਅਲ ਗੱਲਾਂ ਵੀ ਕਰ ਲਈ, ਹੁਣ ਪੰਜਾਬ ਦੇ ਬਾਰੇ, ਪੰਜਾਬ ਦੇ ਬਾਰੇ ਬੜਾ ਹੁਣ ਦੱਸੋ। ਨਹੀਂ ਪੰਜਾਬ ਐਕਚੁਅਲੀ ਮੈਂ ਬਹੁਤ ਟਰੈਵਲ ਕਰਿਆ ਇੰਡੀਆ ਦੇ ਅੰਦਰ, ਅਲੱਗ ਅਲੱਗ ਸਟੇਟਸ ਦੇ ਅੰਦਰ ਗਿਆ, ਜੋ ਇੱਥੇ ਰਿਦਮ ਆ ਕੇ ਮਿਲਦਾ ਨਾ, ਜੋ ਆਨੰਦ ਉਰੇ ਆ ਕੇ ਮਿਲਦਾ, ਮਤਲਬ ਹਰ ਇੱਕ ਚੀਜ਼ 'ਤੇ ਤੁਹਾਨੂੰ ਹਵਾ ਦੇ ਅੰਦਰ, ਇੱਥੇ ਰਹਿਣ ਸਹਿਣ ਦਾ ਮਤਲਬ ਅਲੱਗ ਹੀ ਨਜ਼ਾਰਾ ਪੰਜਾਬ ਦੇ ਅੰਦਰ, ਪੰਜਾਬ ਦੀ ਜਿਹੜੀ ਹਵਾ ਉਹ ਸ਼ਾਂਤਮਈ ਹੈ ਇਸ ਸਮੇਂ, ਉਹ ਸਾਨੂੰ ਸਕੂਨ ਦਿੰਦੀ ਆ, ਬਹੁਤ ਨਜ਼ਾਰਾ ਪੰਜਾਬ ਦੇ ਅੰਦਰ। ਪੰਜਾਬ ਦੇ ਜਿਹੜੇ ਦੋਸਤ ਤੁਹਾਡੇ ਵੀ ਜਾਂਦੇ ਹੋਣੇ ਕਈ ਬਾਹਰ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਉਹ ਵੀਰੇ ਰੋਂਦੇ ਨੇ, ਕਹਿੰਦੇ ਜਿਹੜੇ ਨਿਆਰੇ ਇੱਥੇ ਸੀ ਉੱਥੇ ਹੈ ਹੀ ਨਹੀਂ, ਵਾਪਸ ਆਉਣ ਨੂੰ ਫਿਰਦੇ ਨੇ, ਪਰ ਮਜਬੂਰੀਆਂ ਨੇ, ਪੈਸਾ ਲਾ ਕੇ ਗਏ ਨੇ, ਜਿਹਨਾਂ ਚਿਰ ਪੈਸਾ ਪੂਰਾ ਨਹੀਂ ਹੁੰਦਾ ਆ ਨਹੀਂ ਸਕਦੇ, ਪਰ ਜਿਹੜੀ ਲਾਈਫ ਇੱਥੇ ਯਾਰ ਉਹ ਇੱਥੇ ਹੀ ਹੈ, ਆਹ ਮਹਿਫਲ ਬਾਹਰ ਨਹੀਂ ਲੱਗਦੀ, ਇਹ ਸਿਰਫ ਪੰਜਾਬ 'ਚ ਹੀ ਲੱਗਦੀ ਹੈ। ਯਾਰ ਬੇਲੀਆਂ ਦੇ ਨਾਲ ਜੇ ਕਦੇ ਇੱਕ ਦਿਨ ਮੈਂ ਕਹਾਂ ਬਤਾਉਣਾ ਹੋਵੇ ਕਾਲਜ ਦਾ, ਕਿਹੜਾ ਚੇਤੇ ਕਰੋਗੇ? ਸਾਰੇ ਦਿਨ ਕਾਲਜ ਜਿੰਨੇ ਟਾਈਮ ਲੰਘਿਆ ਵੀਰੇ ਸਾਰੇ ਜਾਂਦੇ ਹੀ ਨੇ, ਉਹ ਟਾਈਮ ਵੈਸੇ ਹੁਣ ਵਾਪਸ ਤਾਂ ਆਉਂਦਾ ਨਹੀਂ, ਹੁਣ ਜਾਈਦਾ ਕਾਲਜ, ਕਾਲਜ ਖਾਲੀ ਪਏ ਨੇ, ਆਈਲੈਟਸ ਲੈ ਗਈ, ਕਨੇਡਾ ਲੈ ਗਿਆ, ਸਾਰਾ ਪੰਜਾਬ ਨੂੰ ਆਸਟ੍ਰੇਲੀਆ ਲੈ ਗਿਆ, ਪੰਜਾਬ ਨੂੰ ਬਾਹਰਲੇ ਪੱਟ ਕੇ ਲੈ ਗਏ ਵੀਰੇ, ਜਿਹੜੀ ਪੰਜਾਬ ਦੀ ਜਵਾਨੀ ਸਭ ਬਾਹਰ ਨੂੰ ਮੂਵ ਹੋਈ ਜਾ ਰਹੀ ਆ, ਕੁਛ ਨਹੀਂ ਪਿਆ ਬਾਹਰ, ਜੇ ਤੁਹਾਡਾ ਇੱਥੇ ਕੰਮ ਕਾਰ ਸੈੱਟ ਆ ਨਾ ਤਾਂ ਮੇਰੇ ਹਿਸਾਬ ਨਾਲ ਬਾਹਰ ਜਾਣਾ ਨਹੀਂ ਚਾਹੀਦਾ, ਇੱਥੇ ਆਪਣੇ ਪਰਿਵਾਰ ਦੇ ਵਿੱਚ ਰਹੋ, ਹੈ ਨਾ, ਜਿਹੜਾ ਸੁੱਖ ਦੁੱਖ ਆ ਰਿਹਾ ਪਰਿਵਾਰ ਦੇ ਨਾਲ ਬਿਤਾਓ, ਅਤੇ ਬਾਹਰ ਨਾ ਜਾਓ ਯਾਰ, ਪੰਜਾਬ ਨੂੰ ਖਾਲੀ ਨਾ ਕਰੋ। ਗੱਲਬਾਤ ਕਰਕੇ ਆਊਟਰੂਟ ਗੇੜੀ ਸਾਡੇ ਸ਼ੋਅ ਦਾ ਨਾਮ ਆ ਜੀ, ਅਤੇ ਸਭ ਦੀ ਪ੍ਰਮੋਸ਼ਨ ਹੋ ਗਈ, ਬਾਈ ਦੀ ਕਰਤੀ, ਬਾਈ ਦੀ ਕਰਦੀ, ਹੁਣ ਸਾਡੀ ਤੁਸੀਂ ਕਰਨੀ ਆ। ਨਹੀਂ ਠੀਕ ਹੈ ਵੀਰੇ, ਜ਼ਰੂਰ ਕਰਾਂਗੇ। ਆਊਟਰੂਟ ਗੇੜੀ, ਆਊਟਰੂਟ ਗੇੜੀ ਸ਼ੋਅ, ਅਜੇ ਬਿੱਲੇ ਦੇ ਨਾਲ, ਦੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਤੇ ਹੱਸਦੇ ਵਸਦੇ ਰਹੋ। ਬਿਲਕੁਲ ਜੀ ਬਿਲਕੁਲ, ਸਾਰਿਆਂ ਨਾਲ ਗੱਲਾਂ ਕਰੋ, ਹੱਸਦੇ ਵਸਦੇ ਰਹੋ, ਖੁਸ਼ ਰਹੋ, ਪੰਜਾਬ ਨੂੰ ਖੁਸ਼ ਰੱਖੋ ਵੀਰੇ, ਜਵਾਨੀਆਂ ਮਾਣੋ। ਧੰਨਵਾਦ ਜੀ, ਥੈਂਕ ਯੂ ਵੀਰੇ, ਥੈਂਕ ਯੂ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ, ਮੇਰਾ ਮਤਲਬ ਰਿਸ਼ਤਾ ਲੱਭਣ ਦੇ ਵਿੱਚ ਬਹੁਤ ਤੁਸੀਂ ਹੈਲਪ ਕਰ ਰਹੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਸਭ ਨਾਲ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਦੋਸਤਾਂ ਦੇ ਨਾਲ ਜਾ ਕੇ, ਸਾਡੇ ਭਰਾ ਹੀ ਹੁੰਦੇ ਨੇ ਸਾਰੇ, ਅਤੇ ਇਹ ਕਾਲਪਨਿਕ ਗੱਲਾਂ ਹੁੰਦੀਆਂ ਨੇ ਵੀ ਇੱਕ ਚਿੱਲ ਕਰਦੇ ਹੁੰਦੇ ਹਾਂ, ਨਜ਼ਾਰੇ ਲੈਣੇ ਆ ਜ਼ਿੰਦਗੀ ਦੇ, ਕੋਈ ਇਹ ਸਾਡੀ ਇਹ ਚੈਨਲ ਦੀ ਇਹ ਨਹੀਂ ਹੈਗੀ ਵੀ ਅਸੀਂ ਤੁਹਾਨੂੰ ਠੇਸ ਪਹੁੰਚਾਵਾਂਗੇ। ਜੇ ਤੁਹਾਨੂੰ ਲੱਗਦਾ ਵੀ ਆਪਾਂ ਆਪਣੇ ਜਿਹੜੇ ਸਵਾਲ ਨੇ ਉਹਨਾਂ ਨੂੰ ਚੇਂਜ ਕਰੀਏ ਤਾਂ ਕੀ ਸਵਾਲ ਪੁੱਛ ਸਕਦੇ ਹਾਂ ਪੰਜਾਬ ਤੋਂ ਇਲਾਵਾ ਜਾਂ ਸਾਡੇ ਰਿਸ਼ਤਿਆਂ ਤੋਂ ਇਲਾਵਾ, ਤੁਸੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ। ਜਿੱਥੇ ਵੀ ਰਹੋ ਹੁਣ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਅਤੇ ਆਪਣੀ ਜ਼ਿੰਦਗੀ ਨੂੰ ਜਿਹੜੇ ਮਾਣਦੇ ਰਹੋ, ਪੰਜਾਬ ਦੇ ਨਾਲ ਪਿਆਰ ਕਰਦੇ ਰਹੋ, ਕਿਸਾਨਾਂ ਦੇ ਨਾਲ ਖੜ੍ਹਦੇ ਰਹੋ, ਅਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੋਂ ਜ਼ਰੂਰ ਦੱਸਦੇ ਰਹੋ ਵੀ ਤੁਹਾਨੂੰ ਸੋ ਸਾਡਾ ਕਿਵੇਂ ਦਾ ਲੱਗਿਆ। ਆਊਟਰੂਟ ਗੇੜੀ ਵਿਦ ਅਜੇ ਬਿੱਲਾ, ਓਨਲੀ ਓਨ ਪੰਜਾਬੀ ਡਾਕ, ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਅਜੇ ਬਿੱਲਾ, ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬਾ ਖੈਰ।